ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਤਹਿਤ ਸੁਲਤਾਨਪੁਰ ਲੋਧੀ ਵਿਖੇ ਸਭ ਤੋਂ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੀ ਪੱਬਾਂ ਭਾਰ ਹੁੰਦਾ ਦਿਖਾਈ ਦੇ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਸੁਲਤਾਨਪੁਰ ਲੋਧੀ ਨੂੰ ਸਫੈਦ ਰੰਗ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸੁਖਬੀਰ ਸਿੰਘ ਬਾਦਲ ਨੇ ਇਸ ਰੰਗ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਆਪਣੀ ਪਾਰਟੀ ਤੇ ਲੈ ਲਈ ਹੈ। ਸੁਖਬੀਰ ਸਿੰਘ ਬਾਦਲ ਨੇ ਇੱਥੇ ਖੁਦ ਆਪਣੇ ਹੱਥੀਂ ਰੰਗ ਕਰਕੇ ਇਸ ਕੰਮ ਦੀ ਸ਼ੁਰੂਆਤ ਕੀਤੀ ਹੈ। ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਲਗਭਗ 1.5 ਮਹੀਨੇ ਦੇ ਵਿੱਚ ਹੀ ਇਸ ਨੂੰ ਮੁਕੰਮਲ ਕਰ ਲਿਆ ਜਾਏਗਾ, ਜਿਸ ਦੇ ਲਈ 3500 ਘਰਾਂ ਦੇ ਵਿੱਚ ਲਗਭਗ 1.5 ਲੱਖ ਲੀਟਰ ਦੇ ਨਾਲ 1 ਕਰੋੜ ਵਰਗ ਫੁੱਟ ਦੇ ਵਿੱਚ ਇਸ ਰੰਗ ਦੀ ਸੇਵਾ ਕੀਤੀ ਜਾਏਗੀ। ਸੁਖਬੀਰ ਸਿੰਘ ਬਾਦਲ ਨੇ ਬਾਕੀ ਸੰਗਤਾਂ ਅਤੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ ਹੈ। ਕੀ ਕਹਿਣਾ ਸੁਖਬੀਰ ਸਿੰਘ ਬਾਦਲ ਦਾ ਇਹਨਾਂ ਪ੍ਰੋਗਰਾਮਾਂ ਅਤੇ ਸੇਵਾ ਨੂੰ ਲੈ ਕੇ, ਤੁਸੀਂ ਖੁਦ ਹੀ ਦੇਖ ਲਓ। ਅੱਜ ਅਸੀਂ ਗੁਰਦੁਆਰਾ ਬੇਟ ਸਾਹਿਬ ਆ ਕੇ ਅਰਦਾਸ ਕਰਕੇ ਮਹਾਂਪੁਰਖਾਂ ਦੇ ਆਸ਼ੀਰਵਾਦ ਲੈ ਕੇ, ਸਾਰੀ ਸਿੱਖ ਸੰਗਤ ਦੇ ਆਸ਼ੀਰਵਾਦ ਲੈ ਕੇ ਜਿਹੜੀ ਸੁਲਤਾਨਪੁਰ ਲੋਧੀ ਨੂੰ ਸਫੈਦ ਰੰਗ ਕਰਨਾ ਹੈ, ਉਹਦੀ ਸੇਵਾ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਝੋਲੀ ਲਿੱਤੀ ਹੈ ਕਿ ਆਪਣੇ ਪਾਈ ਹੈ ਕਿ ਅਸੀਂ ਸੇਵਾ ਲੈਂਦੇ ਹਾਂ। ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ। ਆਹ ਸਾਡੇ ਵਾਸਤੇ ਬਹੁਤ ਸ਼ੁਭ ਅਵਸਰ ਹੈ। ਸਾਰੇ ਵਰਕਰ ਚਾਹੁੰਦੇ ਕਿ ਉਹ ਆਪ ਆ ਕੇ ਇੱਥੇ ਸੇਵਾ ਕਰਨ ਅਤੇ ਸ਼ਹਿਰ ਨੂੰ ਬੜਾ ਖੂਬਸੂਰਤ ਬਣਾਉਣ। ਅਤੇ ਮੈਂ ਸਾਰੀ ਸੰਗਤ, ਭਾਵੇਂ ਵਰਕਰ ਹੈ ਭਾਵੇਂ ਹੋਰ ਵੀ ਹੈ, ਜੋ ਵੀ ਆਉਣ, ਆਪਾਂ ਇਕੱਠੇ ਹੋ ਕੇ ਆਹ ਸ਼ਹਿਰ ਨੂੰ ਖੂਬਸੂਰਤ ਬਣਾਈਏ, ਕਿਉਂਕਿ ਦੁਨੀਆ ਦੇ ਕੋਨੇ ਕੋਨੇ ਤੋਂ ਸੰਗਤਾਂ ਇੱਥੇ ਆਉਣਗੀਆਂ। ਇਕੱਲੇ ਸਿੱਖ ਨਹੀਂ, ਗੁਰੂ ਨਾਨਕ ਨਾਮ ਲੇਵਾ, ਜਿਹੜੇ ਦੂਜੇ ਧਰਮਾਂ ਦਾ ਸੰਬੰਧ ਆ ਉਹ ਵੀ ਇੱਥੇ ਆ ਰਹੇ ਆ ਸਾਡੇ 500 ਸਾਲਾ ਗੁਰਪੁਰਬ ਮਨਾਉਣ ਵਾਸਤੇ। ਸੋ ਜਦੋਂ ਆਉਣ ਸੰਗਤ ਆਉਣ, ਇੰਨਾ ਖੂਬਸੂਰਤ ਸਫੈਦ ਸ਼ਹਿਰ ਲੱਗੇ ਕਿ ਸਾਨੂੰ ਸਾਰਿਆਂ ਨੂੰ ਖੁਸ਼ੀਆਂ ਹੋਣ। ਸੋ ਮੈਂ ਕਹਿੰਦਾ ਕਿ ਇਹ ਬਹੁਤ ਵਧੀਆ ਦਿਨ ਹੈ, ਬਹੁਤ ਸ਼ੁਭ ਦਿਨ ਹੈ ਕਿ ਅੱਜ ਪਰਮਾਤਮਾ ਦਾ ਸਾਹਮਣੇ ਅਰਦਾਸ ਕਰਕੇ ਅਸੀਂ ਇਹ ਕੰਮ ਆਰੰਭਿਆ, ਅਤੇ ਸਾਨੂੰ ਉਮੀਦ ਹੈ ਕਿ ਤਕਰੀਬਨ 1.5 ਮਹੀਨੇ ਦੇ ਅੰਦਰ ਸਾਰਾ ਹੀ ਸ਼ਹਿਰ ਹੀ ਬਹੁਤ ਖੂਬਸੂਰਤ ਤਰੀਕੇ ਨਾਲ ਸਫੈਦ ਹੋ ਜੂਗਾ। ਤਕਰੀਬਨ 1 ਕਰੋੜ ਲੀਟਰ ਤਕਰੀਬਨ ਡੇਢ ਲੱਖ ਲੀਟਰ ਸੋਰੀ ਸਫੈਦ ਪੇਂਟ ਲੱਗ ਰਿਹਾ, ਐਂਡ 1 ਕਰੋੜ ਸਕੁਏਅਰ ਫੁੱਟ ਏਰੀਆ ਜਿਹੜਾ ਹੋਣਾ ਹੈ, 35,000 ਘਰ ਹੈ ਜਿਹੜੇ ਸਾਰੇ ਸਫੈਦ ਹੋਣਗੇ। ਸੋ ਸਾਰੇ 3500 ਹਾਊਸ ਸੋਰੀ ਤਕਰੀਬਨ ਮੈਂ ਤੁਹਾਨੂੰ ਦੱਸਾਂ 3500 ਘਰ ਹੈ, 1.5 ਲੱਖ ਲੀਟਰ ਹੈ, 1 ਕਰੋੜ ਸਕੁਏਅਰ ਫੁੱਟ ਏਰੀਆ ਹੈ, 35 ਤੋਂ 45 ਦਿਨ ਲੱਗਣਗੇ। ਸੋ ਹਲੇ ਸ਼ੁਰੂਆਤ ਕਰਤੀ, ਪਰਮਾਤਮਾ ਦੀ ਬਖਸ਼ਿਸ਼ ਬੜੀ ਹੈ, ਮਿਹਰ ਹੋਣੀ ਆ, ਸੰਗਤਾਂ ਹੀ ਸਾਰੀਆਂ ਕਰ ਲਈਆਂ, ਸਾਰੇ ਵਰਕਰ ਸੰਗਤ ਮਹਾਂਪੁਰਖ ਸਾਰੇ ਲੱਗੇ ਹੈ, ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸ਼ੁਰੂਆਤ ਕੀਤੀ ਹੈ। ਮੈਂ ਸਾਰੇ ਵਰਕਰ ਜਿੰਨੇ ਪਾਰਟੀ ਦੇ ਵਰਕਰ ਆ ਬੇਨਤੀ ਕਰਾਂਗਾ ਕਿ ਹਰ ਸੰਗਤ ਨਾਲੇ ਸੰਗਤ ਨੂੰ ਬੇਨਤੀ ਕਰੂੰਗਾ ਕਿ ਇੱਥੇ ਆਓ, ਅਗਲੇ 45 ਦਿਨ ਆਪ ਆ ਕੇ ਇੱਥੇ ਯੋਗਦਾਨ ਵੀ ਪਾਓ, ਹਰ ਕਿਸਮ ਦਾ ਯੋਗਦਾਨ, 13-13 ਜੇ ਕੋਈ 13 ਰੁਪਏ ਦੇ ਸਕਦਾ, ਕੋਈ 1300 ਦੇ ਸਕਦਾ, ਉਹਦਾ ਯੋਗਦਾਨ ਪਲੱਸ ਆਪਣੀ ਫਿਜ਼ੀਕਲੀ ਜੋ ਸੇਵਾ ਕਰ ਸਕਦੇ, ਆਪਣੇ ਆਪ ਆ ਕੇ ਮਿਹਨਤ ਕਰ ਸਕਦੇ ਆ ਇੱਥੇ ਆਉਣ। ਆਹ ਇੱਕ ਬਹੁਤ ਸ਼ੁਭ ਕੰਮ ਹੋ ਰਿਹਾ, ਸ਼ੁਰੂ ਹੋਇਆ ਅੱਜ। ਮੈਂ ਸਾਰਿਆਂ ਨੂੰ ਜੋ ਸਾਡੀ ਲੀਡਰਸ਼ਿਪ ਆਈ ਹੈ, ਸਾਰਿਆਂ ਨੂੰ ਵਧਾਈ ਵੀ ਦਿੰਦਾ ਕਿ ਆਪਾਂ ਇੱਕ ਬਹੁਤ ਵਧੀਆ ਕੰਮ ਕੀਤਾ ਅਤੇ ਅਸੀਂ ਹੁਣ ਮਿਹਨਤ ਕਰਕੇ ਆਹ ਕਾਰਜ ਸਫਲ ਕਰਨਾ।